ਦੋਸਤੋ ਮੈਂ ਨਾ ਕਹਿੰਦਾ ਅੱਜ ਆਪਾਂ ਪੁਰਤਗਾਲ ਬਾਰੇ ਵੀ ਗੱਲ ਕਰਾਂਗੇ। ਪੁਰਤਗਾਲ ਵਿੱਚ 642 ਲੋਕਾਂ ਨੂੰ ਇਹ ਰੋਗ ਹੋ ਚੁੱਕਾ, 2 ਜਣਿਆਂ ਦੀ ਮੌਤ ਵੀ ਹੋ ਚੁੱਕੀ ਹੈ, ਅਤੇ ਇਸ ਕਰਕੇ ਪੁਰਤਗਾਲ ਵਿੱਚ ਬਹੁਤ ਸਖਤ ਕਾਨੂੰਨ ਬਣਾ ਦਿੱਤੇ ਗਏ ਨੇ। ਪੁਰਤਗਾਲ ਵਿੱਚ ਸਕੂਲ, ਬਾਰ, ਰੈਸਟੋਰੈਂਟ, ਹੋਟਲ ਸਾਰੇ ਇਸ ਟਾਈਮ ਬੰਦ ਹੈ। ਸਿਰਫ ਖਾਣ ਪੀਣ ਦਾ ਸਮਾਨ ਜਿੱਥੋਂ ਮਿਲਦਾ ਐਲਮੈਂਟਾਰੀ, ਉੱਥੇ ਉਹੀ ਮਾਰਕੀਟਾਂ ਖੁੱਲੀਆਂ, ਸਿਰਫ ਛੋਟੀਆਂ ਜਿਹੜੀਆਂ ਵੱਡੀਆਂ ਮਾਰਕੀਟਾਂ ਉਹ ਵੀ ਉੱਥੇ ਬੰਦ ਕਰ ਦਿੱਤੀਆਂ ਗਈਆਂ ਨੇ। ਅਤੇ ਉੱਥੇ ਮਾਰਕੀਟ 'ਚ ਵਿੱਚ ਸਿਰਫ ਕਾਰ 'ਚੋਂ ਇੱਕ ਬੰਦਾ ਹੀ ਨਿਕਲ ਸਕਦਾ ਹੈ, ਮਤਲਬ ਸਮਾਨ ਲੈਣ ਜੇ ਤੁਸੀਂ ਜਾਣਾ ਆ ਸਿਰਫ ਇੱਕ ਬੰਦਾ ਹੀ ਜਾ ਸਕਦਾ, ਅਤੇ ਬਿਨਾਂ ਗਲਵਸ ਪਾਏ ਜਾਂ ਫਿਰ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਹੈਗੇ। ਅਤੇ ਬਿਨਾਂ ਕੋਈ, ਜੇ ਤੁਹਾਡੇ ਕੋਈ ਅਰਜੈਂਟ ਕੰਮ ਕੋਈ ਨਹੀਂ ਹੈਗਾ, ਤੁਸੀਂ ਬਿਨਾਂ ਕੋਈ ਕਾਰਨ ਤੋਂ ਘਰੋਂ ਬਾਹਰ ਵੀ ਨਹੀਂ ਜਾ ਸਕਦੇ ਹੈਗੇ, ਕਿਉਂਕਿ ਪੁਰਤਗਾਲ ਵਿੱਚ ਵੀ ਤੁਹਾਨੂੰ ਹੁਣ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। 130 ਯੂਰੋ ਤੋਂ ਲੈ ਕੇ 3000 ਯੂਰੋ ਤੱਕ ਤੁਹਾਡਾ ਉੱਥੇ ਚਲਾਨ ਕੱਟਿਆ ਜਾ ਸਕਦਾ। ਜੇ ਤੁਹਾਡੇ ਕੋਲ ਕੋਈ ਕਾਰਨ ਹੋਵੇ, ਤੁਸੀਂ ਗੱਡੀ ਵਿੱਚ ਐਵੇਂ ਘੁੰਮਦੇ ਫਿਰਦੇ ਹੋਵੋਗੇ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ, ਜਿੱਦਾਂ ਲਾ ਲਓ ਤੁਹਾਨੂੰ ਸਾਹ ਦੀ ਪ੍ਰੋਬਲਮ ਆ, ਤੁਹਾਨੂੰ ਅਸ਼ਿਕਾ ਆ ਰਿਹਾ, ਤੁਹਾਨੂੰ ਬੁਖਾਰ ਆ, ਤੁਸੀਂ ਖੁਦ ਹੋਸਪਿਟਲ ਵੀ ਨਹੀਂ ਜਾ ਸਕਦੇ, ਤੁਹਾਨੂੰ ਕੋਲ ਕਰਨਾ ਪਏਗਾ, ਅਤੇ ਤੁਹਾਨੂੰ ਕਦੇ ਐਂਬੂਲੈਂਸ ਲੈਣ ਆਏਗੀ ਜਾਂ ਫਿਰ ਕੋਈ ਪਹਿਲਾਂ ਕੋਈ ਡਾਕਟਰ ਤੁਹਾਨੂੰ ਚੈੱਕ ਕਰਨਾ ਆਏਗਾ, ਤਾਂ ਫਿਰ ਤੁਹਾਡੇ ਲਈ ਐਂਬੂਲੈਂਸ ਆਏਗੀ, ਕਿਉਂਕਿ ਉੱਥੇ ਵੀ ਇਸ ਟਾਈਮ ਬਹੁਤ ਸਖਤ ਕਾਨੂੰਨ ਬਣਾ ਦਿੱਤੇ ਜਾ ਰਹੇ। ਬੇਸ਼ੱਕ ਉੱਥੇ ਇੰਨੇ ਜ਼ਿਆਦਾ ਹਜੇ ਤੱਕ ਕੇਸ ਨਹੀਂ ਆਏ ਹੈਗੇ, ਸਿਰਫ 642 ਕੇਸ ਹੈ, ਤਾਂ 2 ਜਣੇ ਦੀ ਮੌਤ ਹੋਈ ਆ, ਤਾਂ ਫਿਰ ਵੀ ਉਹਨਾਂ ਨੇ ਪੂਰੀ ਆਪਣੇ ਵੱਲੋਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਅਤੇ ਸਾਰੇ ਹਾਲਾਤ ਸਾਰੇ ਜਿੱਦਾਂ ਚਾਈਨਾ ਵਿੱਚ ਪਹਿਲਾਂ ਕੀਤਾ ਗਿਆ ਹੈਗਾ ਕਿ ਸਾਰਾ ਕੁਝ ਬੰਦ ਕਰ ਦਿੱਤਾ ਗਿਆ, ਲੋਕਾਂ ਨੂੰ ਘਰਾਂ ਘਰਾਂ ਵਿੱਚ ਡੱਕ ਦਿੱਤਾ ਗਿਆ ਹੈ, ਇਸ ਤਰ੍ਹਾਂ ਪੂਰੇ ਯੂਰਪ ਵਿੱਚ ਇਸ ਟਾਈਮ ਕਰਦੇ ਪਏ ਨੇ। ਤਾਂ ਅਸੀਂ ਕੋਸ਼ਿਸ਼ ਕਰਦੇ ਪਏ ਤੁਹਾਨੂੰ ਸਾਰੇ ਦੇਸ਼ਾਂ ਦਾ ਹੁਣ ਮਾਹੌਲ ਦੱਸੇ, ਉੱਥੇ ਕਿਹੜੇ ਕਿਹੜੇ ਰੂਲ ਆ ਜਿਹੜੇ ਚੇਂਜ ਹੋ ਚੁੱਕੇ ਨੇ। ਹੁਣ ਤੁਸੀਂ ਪੁਰਤਗਾਲ ਵਿੱਚ ਵੀ ਜੇ ਤੁਹਾਡੇ ਕੋਲ ਟੂਰਿਸਟ ਵੀਜ਼ਾ ਸੀਗਾ ਜਾਂ ਫਿਰ ਤੁਹਾਡੇ ਕੋਲ ਕੋਈ ਵੀ ਵੀਜ਼ਾ ਪੁਰਤਗਾਲ ਦਾ ਲੱਗਾ ਸੀ, ਕੰਮ ਕਰਨ ਦਾ ਲੱਗਾ ਸੀ, ਤੁਸੀਂ ਹੁਣ ਪੁਰਤਗਾਲ ਇਸ ਟਾਈਮ 15 ਮਾਰਚ ਤੋਂ ਲੈ ਕੇ ਨਹੀਂ ਜਾ ਸਕਦੇ ਹੈਗੇ, ਪੁਰਤਗਾਲ ਵਿੱਚ ਐਂਟਰੀ ਨਹੀਂ ਪਾ ਸਕਦੇ 30 ਦਿਨਾਂ ਲਈ, ਮਤਲਬ ਕਿ 15 ਅਪ੍ਰੈਲ ਤੱਕ ਜੇ ਆਪਾਂ ਸੋਚੀਏ, ਕਿਉਂਕਿ 15 ਮਾਰਚ ਨੂੰ ਇਹ ਲਾਗੂ ਹੈਗੇ, 30 ਦਿਨਾਂ ਤੱਕ ਤੁਸੀਂ ਪੁਰਤਗਾਲ ਵਿੱਚ ਹੁਣ ਨਹੀਂ ਜਾ ਸਕਦੇ ਹੈਗੇ। ਭਾਵੇਂ ਬੇਸ਼ੱਕ ਤੁਹਾਡੇ ਕੋਲ ਸ਼ੈਂਗਨ ਵੀਜ਼ਾ ਆ, ਤੁਸੀਂ ਇਟਲੀ ਬੈਠੇ, ਫਰਾਂਸ ਬੈਠੇ ਹੋ, ਯੂਰਪ ਬੈਠੇ ਹੋ, ਫਿਰ ਵੀ ਤੁਸੀਂ ਪੁਰਤਗਾਲ ਇਸ ਟਾਈਮ ਨਹੀਂ ਜਾ ਸਕਦੇ। ਜੇ ਤੁਸੀਂ 15 ਮਾਰਚ ਦੇ ਵਿੱਚ ਇੰਟਰ ਕਰ ਚੁੱਕੇ ਤਾਂ ਠੀਕ ਹੈ, ਜੇ ਨਹੀਂ ਕੀਤਾ ਤਾਂ ਤੁਸੀਂ ਹੁਣ ਉੱਥੇ ਪੁਰਤਗਾਲ ਨਹੀਂ ਜਾ ਸਕਦੇ, ਤੁਹਾਨੂੰ ਉੱਥੇ ਬੈਨ ਕਰ ਦਿੱਤਾ ਗਿਆ। 30 ਦਿਨਾਂ ਲਈ ਉਹਨਾਂ ਨੇ ਕਿਹਾ ਤਾ ਕਿ ਕੋਈ ਵੀ ਬੰਦਾ ਸਾਡੇ ਪੁਰਤਗਾਲ ਵਿੱਚ ਨਹੀਂ ਆ ਸਕਦਾ, ਜੇ ਉਹਨਾਂ ਕੋਲ ਬੇਸ਼ੱਕ ਭਾਵੇਂ PR ਹੋਵੇ ਯੂਰਪ ਦੀ, ਭਾਵੇਂ ਉਹਨਾਂ ਕੋਲ ਸ਼ੈਂਗਨ ਵੀਜ਼ਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਵੀਜ਼ਾ ਹੋਵੇ, ਉਹ ਐਂਟਰੀ ਨਹੀਂ ਦੇਣਗੇ, ਕਿਉਂਕਿ ਸਾਰਿਆਂ ਕੰਟਰੋਲ ਕਰਨਾ ਚਾਹੁੰਦੇ, ਕੋਈ ਵੀ ਨਹੀਂ ਚਾਹ ਰਿਹਾ ਕਿ ਕੋਈ ਵੀ ਬੰਦਾ ਸਾਡੀ ਕੰਟਰੀ ਵਿੱਚ ਇੰਟਰ ਕਰੇ। ਤਾਂ ਪੁਰਤਗਾਲ ਨੇ ਆਪਣੀ ਸਿਕਿਉਰਟੀ ਲਈ ਕਿਸੇ ਨੂੰ ਇੰਟਰੀ ਹੁਣ ਬਲੋ ਕਰ ਦਿੱਤੀ ਗਈ ਹੈ 30 ਦਿਨਾਂ ਲਈ। ਜੇ ਤੁਹਾਨੂੰ ਹੋਰ ਵੀ ਕੋਈ ਇਨਫੋਰਮੇਸ਼ਨ ਚਾਹੀਦੀ, ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਲਿੰਕ ਡਿਸਕ੍ਰਿਪਸ਼ਨ 'ਚ ਹੈਗਾ ਆ, ਵਟਸਐਪ ਦਾ ਨੰਬਰ ਵੀ ਡਿਸਕ੍ਰਿਪਸ਼ਨ 'ਚ ਹੈਗਾ। ਅਤੇ ਜੇ ਕੋਈ ਬੰਦਾ ਪੁਰਤਗਾਲ ਵਿੱਚ ਹੈਗਾ ਜਿਹੜੇ ਸਾਡੀ ਇਹ ਵੀਡੀਓ ਦੇਖ ਰਿਹਾ ਆ, ਸੋ ਉਹ ਸਾਨੂੰ ਆਪਣਾ ਦੱਸ ਸਕਦਾ ਕਿ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਬਣ ਰਿਹਾ, ਕਿਉਂਕਿ ਜਿਹੜੀ ਮੈਂ ਇਨਫੋਰਮੇਸ਼ਨ ਦਿੱਤੀ ਉਹ ਸਿਰਫ ਮੈਂ ਇੰਟਰਨੈਟ ਤੋਂ ਹੀ ਕਲੈਕਟ ਕੀਤੀ ਹੈਗੀ ਆ। ਤੋ ਜੋ ਆਪਾਂ ਰੀਅਲ 'ਚ ਦੇਖਦੇ, ਜੋ ਇੰਟਰਨੈਟ ਦੇਖਦੇ, ਬਹੁਤ ਕੁਛ ਫਰਕ ਹੁੰਦਾ ਹੈ। ਜੇ ਕੋਈ ਪੁਰਤਗਾਲ ਦਾ ਬੰਦਾ ਦੇਖ ਰਿਹਾ ਤਾਂ ਵੀ ਸਾਨੂੰ ਵਟਸਐਪ 'ਤੇ ਕੰਟੈਕਟ ਜ਼ਰੂਰ ਕਰੇ, ਆਪਾਂ ਨਾਲ ਜ਼ਰੂਰ 2 ਮਿੰਟ ਗੱਲਾਂ ਕਰਾਂਗੇ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਚ, ਬਾਏ ਬਾਏ।